ਭਰਾਵੋ ਅੱਜ ਮੈਂ ਇੱਕ ਰੱਬ ਰੂਪੀ ਬੰਦੇ ਕੋਲ ਪਹੁੰਚਿਆ। ਮੇਰੀ ਨਿਗਾਹ 'ਚ ਉਹ ਰੱਬ ਰੂਪੀ ਬੰਦਾ ਜਿਹੜਾ ਬੇਸਹਾਰਾ ਜਾਨਵਰਾਂ ਨੂੰ, ਪੰਛੀਆਂ ਨੂੰ, ਜਿਹੜੇ ਜ਼ਖਮੀ ਹੋਏ ਹੁੰਦੇ ਨੇ ਨਾ ਬਾਈ, ਉਹਨਾਂ ਨੂੰ ਸਾਂਭਦਾ। ਅਤੇ ਆਹ ਦੇਖ ਲਓ, ਆਹ ਡੌਗੀ ਦੀ ਇੰਨੀ ਭੈੜੀ ਨਸਲ ਆ, ਬੰਦੇ ਨੂੰ ਖਾ ਕਿਹੜਾ ਨਾ ਜਾਵੇ। ਅਤੇ ਇਹ ਬੰਦੇ ਕੋਲ ਆ ਕੇ ਇਹ ਕਹਿੰਦੇ ਚੂੰ ਵੀ ਨਹੀਂ ਕੱਢਦਾ, ਚਾਹੇ ਛੋਟਾ ਜਿਹਾ ਬੱਚਾ ਇਹਨਾਂ ਨਾਲ ਪੰਗੇ ਕਿਉਂ ਨਾ ਲਈ ਜਾਵੇ। ਇੱਦਾਂ ਬਾਈ, ਜਿਹੜੇ ਜਾਨਵਰਾਂ ਦੇ ਲੱਤਾਂ ਨੂੰ ਪੈਰਾਲਾਈਜ ਹੋ ਗਿਆ ਜਾਂ ਕੋਈ ਵੀ ਪ੍ਰੋਬਲਮ ਆ ਗਈ, ਉੱਦਾਂ ਕਹਿ ਲਈਏ ਵੀ ਇਹ ਵੀਰ ਇਹਨਾਂ ਦੀ ਸਾਂਭ ਸੰਭਾਲ ਕਰਦਾ, ਜਿਹਦੇ ਕੋਲ ਹਰ ਇੱਕ ਪ੍ਰਕਾਰ ਦਾ ਬੇਸਹਾਰਾ ਪੰਛੀ ਜਾਂ ਜਾਨਵਰ ਇਹਦੇ ਕੋਲ ਤੁਹਾਨੂੰ ਮਿਲੂਗਾ ਬਾਈ। ਇਹ ਬਾਈ ਜਸਪਾਲ ਸਿੰਘ ਹੈ, ਜਿਹੜਾ ਕਿ ਸਰਸੇ ਜ਼ਿਲ੍ਹੇ ਦੇ ਵਿੱਚ ਹਿਸਾਰ ਰੋਡ 'ਤੇ ਪੰਜਾਬ ਪੈਲਸ ਦੇ ਸਾਹਮਣੇ ਇਹਦਾ ਐਨੀਮਲ ਐਂਡ ਬਰਡਸ ਵੈਲਫੇਅਰ ਸੁਸਾਇਟੀ ਸੰਸਥਾ ਬਣਾਈ ਵੀ ਹੈ, ਜਿੱਥੇ ਬਾਈ ਕੋਲ ਪਿੱਛੇ ਜਿਹਾ ਗਿੱਧ ਵੀ ਆਇਆ ਸੀਗਾ, ਜਿਹੜੇ ਆਲਮੋਸਟ ਇੰਡੀਆ ਦੇ ਵਿੱਚੋਂ ਖਤਮ ਹੋਣ ਦੇ ਕਿਨਾਰੇ 'ਤੇ ਹੀ ਨੇ। ਅਤੇ ਇਹ ਵੀ ਆ ਕੇ ਬਾਈ ਕੋਲ ਇੱਥੇ ਪਾਲਤੂ ਬਣ ਕੇ ਰਹਿ ਗਿਆ ਭਰਾਵੋ। ਅਤੇ ਮੈਂ ਉੱਦਣ ਗਿਆ ਸੀ ਅਤੇ ਮੈਂ ਦੇਖਿਆ ਵੀ ਸ਼ਹਿਰ ਦੇ ਵਿੱਚੋਂ ਬੱਚੇ, ਜਿਵੇਂ ਕਿਹਾ ਗੁੜੀਆ ਸਾਡੀ ਬੀ ਕੌਮ ਦੀ ਸਟੂਡੈਂਟ ਆ, ਅਤੇ ਇਹ ਇੱਥੇ ਇੱਕ ਅੰਨੀ ਬਿੱਲੀ ਨੂੰ ਭੋਜਨ ਖਵਾਉਣ ਆਉਂਦੀ ਆ, ਜਿਹੜਾ ਇਹਨਾਂ ਦੇ ਲਈ ਪੈਟ ਕਿਓਰ ਹੁੰਦਾ, ਪੈਟੀਗਿਰੀ ਵਾਲਾ ਹੁੰਦਾ ਗਾ ਭਰਾਵੋ। ਅਤੇ ਮੈਂ ਇੱਥੇ ਗਿਆ ਸੀ ਭਰਾਵੋ, ਅਤੇ ਮੈਂ ਵੀ ਆਪਦੇ ਵੱਲੋਂ 10,000 ਰੁਪਈਏ ਦਾ ਯੋਗਦਾਨ ਦੇ ਕੇ ਆਇਆ, ਕਿਉਂ ਬਈ ਇਹੋ ਜਿਹੇ ਰੱਬੀ ਰੂਪੀ ਬੰਦੇ ਆਮ ਨਹੀਂ ਮਿਲਦੇ ਭਰਾ। ਇੱਕ ਜਾਨਵਰ ਆ ਭਰਾਵੋ ਜਿਹੜਾ ਬੜਾ ਚਰਚਾ ਦੇ ਵਿੱਚ ਰਿਹਾ ਹੈ ਨਾ, ਅਤੇ ਇੱਥੇ ਆਪਾਂ ਅੱਜ ਤੱਕ ਇਨਸਾਨਾਂ ਲਈ ਤਾਂ ਐਂਬੂਲੈਂਸਾਂ ਦੇਖੀਆਂ ਨੇ, ਪਰ ਇਹ ਵੀਰ ਹੁਰੀ ਬਾਈ ਜਾਨਵਰਾਂ ਲਈ ਐਂਬੂਲੈਂਸ ਬਣਾਈ ਫਿਰਦੇ ਹੈਗੇ ਬਾਈ ਹੁਰੀ ਆਏ ਨੇ। ਅਤੇ ਇਹ ਜਾਨਵਰ ਜ਼ਖਮੀ ਆਇਆ ਬਾਈ, ਜ਼ਖਮੀ ਆਹ ਦੇਖ ਲਓ ਬਾਈ, ਹੁਣੀ ਐਕਸੀਡੈਂਟਲ ਬਾਈ ਹੁਰੀ ਜਾਨਵਰ ਲੈ ਕੇ ਆਇਆ ਗਏ ਇਹਨਾਂ ਕੋਲ, ਅਤੇ ਦਿਖਾਉਣੇ ਆ ਗਏ ਆਪਾਂ ਤੁਹਾਨੂੰ ਵਿੱਚ ਵੀਡੀਓ ਦੇ। 60 ਕਿਲੋਮੀਟਰ ਦੂਰ ਬਾਈ ਫਤਿਹਾਬਾਦ ਤੋਂ ਆਏ ਹਾਂ। ਅੱਛਾ, ਫਤਿਹਾਬਾਦ ਤੋਂ ਆਏ ਹੋ ਬਾਈ? ਕਮਾਦੀ ਕੁੱਕੜ। ਅੱਛਾ ਅੱਛਾ, ਕਿਹੜਾ ਬਾਈ ਇਹ? ਕਮਾਦੀ ਕੁੱਕੜ ਇਹ ਐਕਸੀਡੈਂਟਲ ਹੈ ਜੀ, ਆਈ ਵੀ ਇੰਜਰਡ ਹੈ। ਅੱਛਾ, ਹਾਂਜੀ ਦੋਸਤੋ, ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੁੱਖੀ ਸ਼ੇਰਗਿੱਲ, ਪਿੰਡ ਹਰੀਗੜ੍ਹ, ਜ਼ਿਲ੍ਹਾ ਬਰਨਾਲਾ। ਦੋਸਤੋ, ਅੱਜ ਮੈਂ ਪਹੁੰਚਿਆ ਹੋਇਆ ਇੱਕ ਜਾਨਵਰਾ ਭਰਾਵੋ ਜਿਹੜਾ ਬੜਾ ਚਰਚਾ ਦੇ ਵਿੱਚ ਰਿਹਾ ਹੈ ਨਾ, ਅਤੇ ਇੱਥੇ ਆਪਾਂ ਅੱਜ ਤੱਕ ਇਨਸਾਨਾਂ ਲਈ ਤਾਂ ਐਂਬੂਲੈਂਸਾਂ ਦੇਖੀਆਂ ਨੇ, ਪਰ ਇਹ ਵੀਰ ਹੁਰੀ ਬਾਈ ਜਾਨਵਰਾਂ ਲਈ ਐਂਬੂਲੈਂਸ ਬਣਾਈ ਫਿਰਦੇ ਹੈਗੇ, ਅਤੇ ਇਹਦੇ ਵਿੱਚ ਹੀ ਜਿਹੜੇ ਜਾਨਵਰ ਵਗੈਰਾ ਨੇ ਬਾਈ ਉਹਨਾਂ ਨੂੰ ਲੈ ਕੇ ਆਉਂਦੇ ਹੈਗੇ, ਅਤੇ ਸਾਰਾ ਜਮ੍ਹਾਂ ਦੇਖਭਾਲ ਪੂਰੀ ਫੁੱਲ ਕਰਦੇ ਹੈਗੇ ਬਾਈ ਹੋਰਾਂ ਨੂੰ, ਕੋਈ ਲਾਲਚ ਨਹੀਂ, ਕੁਛ ਹੋਰ ਨਹੀਂ ਹੈ ਨਾ। ਦੇਖ ਲਓ ਜਿਵੇਂ ਜਾਨਵਰਾਂ ਨੂੰ ਪਿਆਰ ਨਾਲ ਸਾਂਭਿਆ ਗਿਆ। ਇੱਥੇ ਆਪਾਂ ਐਨੀਮਲ ਐਂਡ ਬਰਡਸ ਵੈਲਫੇਅਰ ਸੁਸਾਇਟੀ ਸਰਸੇ ਦੇ ਵਿੱਚ ਪਹੁੰਚੇ ਹਾਂ ਬਾਈ, ਹੈ ਨਾ, ਜਿੱਥੇ ਬਾਈ ਕਹਿੰਦਾ ਵੀ ਮੈਂ ਆਪਦੇ ਘਰ ਨਹੀਂ ਜਾਂਦਾ ਹੈਗਾ, ਕਹਿੰਦਾ ਮੈਨੂੰ 1.5-2 ਸਾਲ ਹੋ ਗਏ ਮੈਂ ਇੱਥੇ ਹੀ ਰਹਿਣਾ ਬਾਈ, ਹੈ ਨਾ ਦੇਖ। ਅਤੇ ਉਦੋਂ ਵੱਡੀ ਗੱਲ ਤੁਹਾਨੂੰ ਦੱਸਾਂ ਬਾਈ, ਇਹ ਜਿਹੜਾ ਆਸ਼ਰਮ ਹੀ ਕਹਿ ਦਾ, ਮੈਂ ਕਹਿੰਦਾ ਇੱਕ ਤਰ੍ਹਾਂ ਆਸ਼ਰਮ ਹੀ ਕਹੂੰ, ਜਿਵੇਂ ਆਪਣੇ ਬਿਰਧ ਆਸ਼ਰਮ ਹੁੰਦਾ ਹੈ ਨਾ, ਇਹ ਜਾਨਵਰਾਂ ਦਾ ਆਸ਼ਰਮ ਹੋ ਗਿਆ ਬਾਈ, ਜਿੱਥੇ ਬੇਸਹਾਰਾ ਬੇਘਰ ਜਾਨਵਰਾਂ ਨੂੰ ਪਾਲਿਆ ਜਾਂਦਾ ਬਾਈ, ਹੈ ਨਾ। ਆਹ ਦੇਖ ਲਓ ਛੋਟੀ ਜਿਹੀ ਬਿੱਲੀ, ਅਤੇ ਨਾਲ ਮੈਂ ਤੁਹਾਨੂੰ ਦੱਸਾਂ ਬਾਈ, ਉਹ ਜਿਹੜਾ ਚਿੱਟਾ ਕੁੱਤਾ ਨਾ ਬਾਈ ਭਰਾਵੋ, ਉਹ ਦਿਸਦਾ ਨਹੀਂ ਹੈਗਾ ਉਹਨੂੰ, ਪਰ ਉਹਨੂੰ ਪੈਰ ਚਾਲ ਦਾ ਇੰਨਾ ਪਤਾ, ਜਿਉਂ ਹੀ ਮੈਂ ਉਰੇ ਆਇਆ ਉਹ ਨਾਲ ਦੀ ਨਾਲ ਐਕਟਿਵ ਹੋ ਗਿਆ, ਅਤੇ ਇੱਥੇ ਆਪਣੇ ਨਾਲ ਬਾਈ ਖੜਾ ਗਿਆ। ਪਹਿਲਾਂ ਮੈਂ ਤੁਹਾਨੂੰ ਉੱਪਰ ਫੋਟੋਆਂ ਦਿਖਾਉਂਦਾ, ਦੇਖ ਲਓ ਜਾਨਵਰਾਂ ਨੇ ਕਿਵੇਂ ਬਾਈ ਨੇ ਦੇਖਭਾਲ ਕਰੀ ਵੀ ਆ, ਹੈ ਨਾ। ਅਤੇ ਦੇਖੋ ਬਾਈ, ਪੂਰਾ ਵਧੀਆ ਤਰੀਕੇ ਦੇ ਨਾਲ ਵੀਰ ਨੇ ਸਾਂਭ ਸੰਭਾਲ ਕੀਤੀ ਵੀ ਆ, ਅਤੇ ਇੱਥੇ ਪਾਣੀ ਵਗੈਰਾ ਦਾ ਪ੍ਰਬੰਧ ਆ, ਅਤੇ ਨਾਲ ਇੱਥੇ ਪਿੰਜਰੇ ਦੇ ਵਿੱਚ ਰੱਖੇ ਹੋਏ ਹੈਗੇ। ਤੁਸੀਂ ਸਾਰੇ ਦੇਖ ਸਕਦੇ ਹੋ ਕਿਵੇਂ ਵੀਰ ਨੇ ਬਾਈ ਆਹ ਜਿਹੜੀ ਕੁੱਤੀ ਸੀਗੀ, ਹੈ ਨਾ, ਇਹਦੇ ਕਿੱਡੀ ਵੱਡੀ ਰਸੌਲੀ ਸੀਗੀ, ਅਤੇ ਬਾਈ ਨੇ ਕੱਢ ਕੇ ਠੀਕ ਕਰੇ, ਹੈ ਨਾ। ਅਤੇ ਬਾਈ ਹੁਣੀ ਆਏ ਨੇ, ਅਤੇ ਇਹ ਜਾਨਵਰ ਜ਼ਖਮੀ ਆਇਆ ਬਾਈ, ਜ਼ਖਮੀ ਆਹ ਦੇਖ ਲਓ ਬਾਈ, ਹੁਣੀ ਐਕਸੀਡੈਂਟਲ ਬਾਈ ਹੁਣੀ ਜਾਨਵਰ ਲੈ ਕੇ ਆਇਆ ਗਏ ਇਹਨਾਂ ਕੋਲ, ਅਤੇ ਦਿਖਾਉਣੇ ਆ ਗਏ ਆਪਾਂ ਤੁਹਾਨੂੰ ਵਿੱਚ ਵੀਡੀਓ ਦੇ। 60 ਕਿਲੋਮੀਟਰ ਦੂਰ ਬਾਈ ਫਤਿਹਾਬਾਦ ਤੋਂ ਆਏ ਹਾਂ। ਅੱਛਾ, ਫਤਿਹਾਬਾਦ ਤੋਂ ਆਏ ਹੋ ਬਾਈ? ਕਮਾਦੀ ਕੁੱਕੜ। ਅੱਛਾ ਅੱਛਾ, ਕਿਹੜਾ ਬਾਈ ਇਹ? ਕਮਾਦੀ ਕੁੱਕੜ ਇਹ ਐਕਸੀਡੈਂਟਲ ਹੈ ਜੀ, ਆਈ ਵੀ ਇੰਜਰਡ ਹੈ। ਅੱਛਾ ਅੱਛਾ, ਓਹੋ, ਅੱਖ ਦੇ ਵਿੱਚ, ਝੋਨਿਆਂ ਦੇ ਵਿੱਚ ਬਾਈ ਕੇ। ਹਾਂ ਬਿਲਕੁਲ ਬਾਈ, ਆਹ ਦੇਖ ਲਓ ਬਾਈ, ਚਲਦੀ ਵੀਡੀਓ ਦੇ ਵਿੱਚ ਹੀ ਆਏ ਨੇ ਭਰਾਵੋ, ਹੈ ਨਾ, ਫਤਿਹਾਬਾਦ ਤੋਂ ਆਏ ਨੇ ਬਾਈ। ਓਹੋ, ਅਤੇ ਇੱਧਰ ਬਾਈ ਕੁੱਕੜ ਦੇ ਇਹ ਤਾਰ ਤੂਰ 'ਚ ਫਸਿਆ ਲੱਗਦਾ, ਹੈ ਨਾ, ਰੋਕ ਲਾ ਫੜਦਾ, ਬਿਲਕੁਲ ਛੱਡਦੇ ਬਾਈ ਉੱਥੇ, ਹੈ ਨਾ, ਬਿਲਕੁਲ ਬਾਈ। ਅਤੇ ਆਪਾਂ ਵੀਰ ਨਾਲ ਗੱਲਬਾਤ ਕਰਦੇ ਹਾਂ ਬਾਈ ਦੇ ਲਾਉਣੇ ਆ ਕਿ ਮੈਂ ਕਿਹਾ ਬਾਈ, ਸਭ ਤੋਂ ਪਹਿਲਾਂ ਤੁਹਾਡਾ ਨਾਮ ਦੱਸੋ ਕੀ ਹੈ ਜੀ?
शौक पिया चढ़ी जवानी उम्र टोर लगिया होंगे ने बोल्टा गेड़े छेड़े मार दिया है बखरा प्यार पा लिया जिथे लोग जख्मी पंछियों जानवरों देख के भजदे है ना फतेहबाद हो गया आदमपुर हो गया सार हो गया उत्थों दे केस रेस्क्यू करके इत्थे ल्याउंदे इत्थे ल्याउंदे है बड़ा वधिया वीरे सानू भी सलूट आ भरावो है ना आपदा स्पैशल कहिंदे वी समां कढ के इत्थे आए होंगे बई हुण तक तुसीं किन्ने क पंछियां दी जिहड़ी देखभाल करती बई बई हुण तकरीबन दिन दे 15 तों 20 आउंदे आ बई अच्छा हां हुण सवेरे 2 असीं करिया मैं ते दीप गए सीगे 2 आ गए 4 हो गए ते इक ਤੁਹਾਡੇ ਆਉਣ ਤੋਂ ਪਹਿਲਾਂ ਕਬੂਤਰ ਆ ਕੇ ਗਿਆ 5 ਹੋ ਗਏ ਅੱਛਾ ਬਾਈ 5 ਹੋ ਗਏ ਹਜੇ ਸਵੇਰ ਮਤਲਬ 10 ਕ ਵਜੇ ਤੇਰਾ ਤਾਈ 10-15 ਹੋਰ ਆ ਜਾਣਗੇ ਬਾਈ ਠੀਕ ਆ ਬਾਈ ਤੇ ਇਹਨਾਂ ਦਾ ਫਿਰ ਟ੍ਰੀਟਮੈਂਟ ਬਾਈ ਕਿਵੇਂ ਤੁਸੀਂ ਕਿਸੇ ਡਾਕਟਰ ਨੂੰ ਬੁਲਾ ਕੇ ਕਰਦੇ ਹੋ ਜਾਂ ਤੁਹਾਨੂੰ ਆਪ ਹੀ ਤਜਰਬਾ ਹੋ ਚੁੱਕਿਆ ਨਹੀਂ ਨਹੀਂ ਹੁਣ ਮਤਲਬ ਬੇਸਿਕ ਜਿਹੜਾ ਟ੍ਰੀਟਮੈਂਟ ਹੈ ਜਿਹੜਾ ਪ੍ਰਾਥਮਿਕ ਚਿਕਿਤਸਾ ਜਿਹਨੂੰ ਆਪਾਂ ਕਹਿੰਦੇ ਆ ਜਾਂ ਕੀੜੇ ਪਏ ਜਿਵੇਂ ਹੋਰ ਉਹ ਚੀਜ਼ਾਂ ਤਾਂ ਵੀਰੇ ਆਪਾਂ ਆਪ ਕਰ ਲੈਂਦੇ ਹਾਂ ਪਰ ਜਿਵੇਂ ਕੋਈ ਸਰਜਰੀ ਹੈ ਜਿਵੇਂ ਆ ਵੱਡੇ ਆਪਰੇਸ਼ਨ ਹੈ ਜਿਵੇਂ ਆ ਦੇਖੋ ਆ ਰਸੋਲੀ ਹੈ ਇਹਦੇ 7 ਕਿਲੋ ਦੀ ਰਸੋਲੀ ਸੀਗੀ ਆ ਆਪਰੇਸ਼ਨ ਹੋਇਆ ਜਿਵੇਂ ਇਹ ਸਰਕਾਰੀ ਡਾਕਟਰ ਕਰਦੇ ਆ ਅਸੇ ਸਰਕਾਰੀ ਡਾਕਟਰ ਕਰਦੇ ਆ ਹਾਂ ਇਹ ਸਰਕਾਰੀ ਡਾਕਟਰ ਹੈ ਜੀ ਸਰਜਨ ਠੀਕ ਆ ਬਈ ਠੀਕ ਹੈ ਤੇ ਉਹ ਕਰਦੇ ਆ ਇਹਦੇ ਲਈ ਬਈ ਤੁਹਾਨੂੰ ਕੋਈ ਸਰਕਾਰ ਵੱਲੋਂ ਸਪੋਰਟ ਵੀ ਮਿਲਦੀ ਹੈ ਜਿਵੇਂ ਆਪਾਂ ਕਹੀਏ ਵੀ ਹਸਪਤਾਲਾਂ ਦੇ ਵਿੱਚ ਜਾਨਵਰਾਂ ਦਾ ਇਲਾਜ ਕਰਵਾਉਣਾ ਹੈ ਨਾ ਤਾਂ ਆਪਾਂ ਨੂੰ ਸਰਕਾਰੀ ਹਜੇ ਵੀਰੇ ਸਾਨੂੰ ਏਡ ਨਹੀਂ ਆਈ ਆ ਪਰ ਧੰਨਵਾਦ ਜਿਹੜੇ ਗਵਰਨਰ ਉੜੀਸਾ ਦੇ ਠੀਕ ਹੈ ਪ੍ਰੋਫੈਸਰ ਗਨੇਸ਼ੀ ਲਾਲ ਜੀ ਉਹਨਾਂ ਨੇ ਹੁਣੇ ਸਾਨੂੰ ਆ ਅਪ੍ਰੈਲ ਮਹੀਨਾ ਜਿਵੇਂ ਸ਼ੁਰੂ ਹੋਇਆ ਸੀਗਾ ਉਦੋਂ ਸਾਨੂੰ ਬਿਲਕੁਲ ਨਵੀਂ 6.5 ਲੱਖ ਦੀ ਐਂਬੂਲੈਂਸ ਦਾਨ ਦਿੱਤੀ ਹੈ ਜਿਹੜੀ ਬਾਹਰ ਖੜੀ ਹੈ ਹਾਂਜੀ ਜਿਹੜੀ ਬਾਹਰ ਐਂਬੂਲੈਂਸ ਖੜੀ ਹੈ ਉਹ ਹੁਣੇ ਦਾਨ ਦਿੱਤੀ ਹੈ ਉਸ ਤੋਂ ਪਹਿਲਾਂ ਜਿਹੜੀ ਐਂਬੂਲੈਂਸ ਸੀਗੀ ਹਾਂਜੀ ਉਹ ਡਾਕਟਰ ਗਰਗ ਆਪਣੇ ਸਰਸੇ 'ਚ ਉਹਨਾਂ ਨੇ ਦਾਨ ਦਿੱਤੀ ਸੀਗੀ ਠੀਕ ਹੈ ਬਈ ਠੀਕ ਹੈ ਅਤੇ ਜਾਨਵਰ ਦਿਖਾਓਗੇ ਬਈ ਆਪਣੇ ਕੋਲ ਕਿਹੜੇ ਕਿਹੜੇ ਹੋ ਗਏ ਹੈ ਨਾ ਅਤੇ ਵਿੱਚ ਜਿਵੇਂ ਬਈ ਇਹ ਖੁੱਲ੍ਹੇ ਫਿਰਦੇ ਆ ਖੁੱਲ੍ਹੇ ਫਿਰਦੇ ਭਜਦੇ ਨਹੀਂ ਹੈਗੇ ਕਿਸੇ ਪਾਸੇ ਬਈ ਖੁੱਲ੍ਹੇ ਉਹੀ ਹੈ ਜਿਹਨੂੰ ਅੰਨ ਜਲ ਮਿਲੂਗਾ ਪਿਆਰ ਮਿਲੂਗਾ ਬਈ ਜਿੱਥੇ ਅਤੇ ਉੱਥੋਂ ਜਾਨਵਰ ਜਾਂਦੇ ਨਹੀਂ ਬਿਲਕੁਲ ਦੂਜਾ ਐਂ ਵੀ ਬਿੱਲੀਆਂ ਵੀ ਖੁੱਲ੍ਹੀਆਂ ਫਿਰਦੀਆਂ ਪਿੱਛੇ ਤੁਸੀਂ ਦੇਖਦੇ ਹੋ ਇੱਥੇ ਕਬੂਤਰ ਵੀ ਖੁੱਲ੍ਹੇ ਫਿਰਦੇ ਆ ਚੂਚੇ ਵੀ ਖੁੱਲ੍ਹੇ ਫਿਰਦੇ ਆ ਬਿਲਕੁਲ ਇਹਨਾਂ ਨੂੰ ਕੋਈ ਖਤਰਾ ਨਹੀਂ ਬਈ ਆਹ ਦੇਖ ਲਓ ਹੁਣ ਕੁੱਤਾ ਇੱਥੇ ਆਹ ਕੁੱਤਾ ਸੁੱਤਾ ਪਿਆ ਆਹ ਬਲੂੰਗੜਾ ਫਿਰਦਾ ਨਹੀਂ ਬਈ ਜੇ ਮੰਨ ਲਓ ਕੁੱਤੇ ਨੇ ਖਾਣਾ ਹੋਵੇ ਕੁੱਤੇ ਬਿੱਲੀ ਦਾ ਬੈਰ ਹੁੰਦਾ ਹਨਾ ਪਰ ਇੱਥੇ ਸਾਰੇ ਦੋਸਤੀ ਨਾਲ ਰਹਿੰਦੇ ਆ ਜਿਵੇਂ ਉਹ ਕਬੂਤਰ ਬਾਈ ਨੇ ਉੱਪਰ ਰੱਖੇ ਹੋਇਆ ਹਨਾ ਵੀ ਜਿਹਦਾ ਜੀ ਕਰਦਾ ਕਦੋਂ ਮਰਜ਼ੀ ਆਵੇ ਤੇ ਕਦੋਂ ਮਰਜ਼ੀ ਜਾਵੇ ਹਨਾ ਬਿਲਕੁਲ ਬਈ ਬਿਲਕੁਲ ਕੋਈ ਹਾਂਜੀ ਮੈਡੀਕਲ ਸਹੂਲਤ ਵਗੈਰਾ ਵੀ ਬਾਈ ਹੋਰਾਂ ਨੇ ਇੱਥੇ ਰੱਖੀ ਹੋਈ ਭਈਆ ਦੇਖੋ ਆ ਸਾਰੇ ਕਬੂਤਰ ਬਾਈ ਇਹ ਅਸੀਂ ਹੱਥ ਜੋੜ ਜੋੜ ਲੋਕਾਂ ਨੇ ਰਿਕਵੈਸਟਾਂ ਕਰਦੇ ਆ ਵੀਰੇ ਆ ਚਾਈਨਾ ਡੋਰ ਦੀ ਵਰਤੋਂ ਨਾ ਕਰੋ ਨਾ ਕਰੋ ਆ ਜਿੰਨੇ ਬਈ ਆਏ ਆ ਫੱਟੜ ਇਹ ਸਾਰੇ ਚਾਈਨਾ ਡੋਰ ਦੀ ਜਿਹੜੀ ਕਰਾਮਾਤ ਹੈ ਬਈ ਉਹੀ ਹੈ ਇਹ ਸਹੀ ਗੱਲ ਵੀ ਉਹ ਡੋਰ ਨਾਲ ਪਤੰਗ ਡਾਲਿਆ ਪਤੰਗ ਕੱਟਿਆ ਗਿਆ ਉਹ ਡੋਰ ਕਿਤੇ ਖੰਭੇ ਚੜ ਗਈ ਤਾਰਾਂ ਚੜ ਗਈ ਕਿਸੇ ਦਰਖਤ ਚੜ ਗਈ ਉਹ ਡੋਰ ਬਈ ਖਤਮ ਹੀ ਨਹੀਂ ਹੁੰਦੀ ਖਤਮ ਹੀ ਨਹੀਂ ਹੁੰਦੀ ਉੱਥੇ ਪਈ ਰਹੂਗੀ ਉਹ ਬੰਦਿਆਂ ਦੇ ਗੱਲ ਵੜ ਦਿੰਦੀ ਆ ਆਪਾਂ ਕਿੰਨੇ ਕੇਸ ਦੇਖੇ ਐ ਇੱਥੋਂ ਗੱਲ ਵੜਦੀ ਆ ਵੜ ਦਿੰਦੀ ਆ ਬਈ ਮੋਟਰਸਾਈਕਲ ਤੋਂ ਆਉਂਦੇ ਪਤਾ ਹੀ ਨਹੀਂ ਲੱਗਦਾ ਮੈਂ ਨਾ ਬਈ ਇਸੇ ਡਰੋਂ ਗੱਡੀ 'ਚ ਸਫ਼ਰ ਕਰਦਾ ਹਾਂਜੀ ਵੀ ਚੱਲ ਗੱਡੀ 'ਚ ਆਪਾਂ ਨੂੰ 5 ਰੁਪਏ ਕਿਲੋਮੀਟਰ ਪੈ ਜੂ ਮੋਟਰਸਾਈਕਲ 2 ਰੁਪਏ ਕਿਲੋਮੀਟਰ ਪੈਂਦਾ ਹਨਾ ਵੀ ਕੋਈ ਇਹੋ ਜਿਹਾ ਖਤਰਾ ਤਾਂ ਨਹੀਂ ਹੋਊ ਬਈ ਹਾਂਜੀ ਮੈਂ ਤੁਹਾਨੂੰ ਦਿਖਾਉਣਾ ਬਈ ਦੇਖ ਲਓ ਹਾਂਜੀ ਆਹ ਜਾਨਵਰ ਦੀ ਬਈ ਕੀ ਜ਼ਿੰਦਗੀ ਹੈ ਸਾਰੀ ਉਮਰ ਹੈ ਹੁਣ ਇਹਨੂੰ ਆਪਾਂ ਛੱਡ ਨਹੀਂ ਸਕਦੇ ਚਲੋ ਹੋਰ ਹੈ ਕੋਈ ਫੁਣਸੀਆਂ ਵਾਲੇ ਆ ਗਏ ਫੋੜਿਆਂ ਵਾਲੇ ਆ ਗਏ ਹੁਣ ਆਪਾਂ ਛੱਡ ਦਾਂਗੇ ਹੁਣ ਇਹਨੂੰ ਆਪਾਂ ਬਈ ਕੀ ਛੱਡ ਦਾਂਗੇ ਖੰਭੀ ਵੀ ਜਦ ਖਤਮਾ ਹਨਾ ਹੁਣ ਇਹਨੂੰ ਕੀ ਛੱਡ ਦਾਂਗੇ ਆਪਾਂ ਸਹੀ ਗੱਲ ਹੈ ਜਿਹੜੇ ਜਾਨਵਰ ਨੇ ਖੁੱਲੇ ਅਸਮਾਨ 'ਚ ਉੱਡਣਾ ਤੇ ਉਹ ਜਾਨਵਰ ਹੁਣ ਇਸ ਪਿੰਜਰੇ 'ਚ ਰਹਿ ਲੂਗਾ ਜਾਂ ਆਪਾਂ ਚਲੋ ਵੱਡਾ ਪਿੰਜਰਾ ਹੁਣ ਸਾਡੀ ਜਿਹੜੀ ਫਿਊਚਰ ਪਲਾਨ ਉਹ ਆਹ ਵੀ ਕਬੂਤਰਾਂ ਦਾ ਇੱਕ ਵੱਡਾ ਜਾਲ ਬਣਾ ਦਈਏ ਠੀਕ ਆ ਬਈ ਥੋੜਾ ਬਹੁਤ ਇਹ ਖੁੱਲੇ ਰਹਿ ਲੈਣ ਹਾਂ ਉਹਦੇ ਲਈ ਵੀ ਮੈਂ ਬੇਨਤੀ ਕਰਦਾ ਜਿਹੜੇ ਸਾਡੇ ਵਿਊਅਰ ਨੇ ਦੇਖ ਰਹੇ ਨੇ ਵੀਰ ਹਨਾ ਵੀ ਬਾਈ ਨੇ ਕਬੂਤਰਾਂ ਦਾ ਬਾਈ ਵੱਡਾ ਪਿੰਜਰਾ ਪਾਉਣਾ ਹਨਾ ਬਣਾ ਦੇ ਉਹ ਵੀ ਜਿੰਨੇ ਵੀ ਹਾਂ ਬੱਲਾ ਬਈ ਪੂਰਾ ਸਹੀ ਆ ਹਾਂ ਤੇ ਇੱਧਰ ਹੱਡੀ ਨਹੀਂ ਹੈਗੀ ਆ ਲੋ
मनोरंजन बंदर भी बाहू रखे सज्जा हाथ नहीं है खब्बा पैर भी नहीं है हाँ, 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 दो अंग नहीं है ये आया फिर पंजाब तो पंजाब तो हाँ पंजाब तो आया सी अपने को मोगे तो आया सी बई अच्छा बई मोगे तो किसी ने अपन इतने भेजा सरसे ये तो ये बई करंट लग्या होया सी साढ़े तीन साल करीबन हो गया बांदरा दा अपना जाल पिया बाहर अज मिस्त्री लेबर आ गई है कल नू आपां बांदरा जाल बना के इन्हां दे भाई आ गलां च रस्सियां ला देंगे ठीक है भाई इन्हां नू भी याद कर देंगे उस चे खुले रहणगे अंदर ही उहदे झूले ला देंगे हां अंदर ही रहा करनगे भाई उस दे जाल झूले झूटण आपदे क्योंकि ऐ ना फिर बजरंगी ओए ओ बजरंगी तां लै जा मैं हैं लै जा तैनूं बग जाए मेरे नाल गल ਬਈ ਮੇਰੇ ਨਾਲ ਬਹੁਤ ਜੀ ਕਰਦਾ ਹੁੰਦਾ ਵੀ ਯਾਰ ਨਾਲ ਬਾਂਦਰ ਦਾ ਬੱਚਾ ਰੱਖਾਂ ਬਈ ਬੜੇ ਰੱਖਦੇ ਹੁਣ ਸਾਡੇ ਵੀ ਹੁਣ ਆ ਤੁਹਾਡੀ ਵੀਡੀਓ ਦੇਖ ਕੇ ਬੜੇ ਲੋਕਾਂ ਦੇ ਫੋਨ ਆਉਣਗੇ ਵੀਰੇ ਬਾਂਦਰ ਦਾ ਬੱਚਾ ਦੇ ਦਿਓ ਬਾਂਦਰ ਦਾ ਬੱਚਾ ਦੇ ਦਿਓ ਅਸਲ ਸਾਡੇ ਕੋਲੇ ਵੀਰੇ ਬਾਂਦਰ ਦਾ ਬੱਚਾ ਜਾਂ ਕੋਈ ਵੀ ਚੀਜ਼ ਖਰੀਦ ਵੇਚ ਵਾਲੇ ਨਹੀਂ ਹੁੰਦੇ ਹਾਂ ਚੀਜ਼ ਵੱਧ ਜਾਂਦੀ ਹੈ ਆਪਾਂ ਲੋਕਾਂ ਨੂੰ ਉਹ ਵੀ ਉਹ ਚੀਜ਼ਾਂ ਸਾਂਭਣ ਵਾਸਤੇ ਵੀਰੇ ਜਿਹੜੀਆਂ ਘਰਾਂ ਚ ਸਾਂਭ ਸਕਦੇ ਆ ਕੁੱਕੜ ਹੋ ਗਏ ਬੱਕਰੀਆਂ ਹੋ ਗਈਆਂ ਖਰਗੋਸ਼ ਹੋ ਗਏ ਇਹੋ ਜਿਹੀਆਂ ਚੀਜ਼ਾਂ ਹੁਣ ਜੇ ਕੋਈ ਕਹਿ ਦੇ ਵੀਰੇ ਤੁਹਾਡੇ ਕੋਲੇ ਬਾਂਦਰ ਹੈ ਸਾਨੂੰ ਬਾਂਦਰ ਦੇ ਦਿਓ ਘਰੇ ਰੱਖਣਾ ਸ਼ੌਂਕੀਆ ਪਾਲਣਾ ਤਾਂ ਬਈ ਉਸ ਚੀਜ਼ਾਂ ਵਾਸਤੇ ਵੀ ਸਾਨੂੰ ਫੋਨ ਨਾ ਹੀ ਕਰਿਓ ਹਾਂ ਫੋਨ ਨਾ ਹੀ ਕਰਿਓ ਕਿਉਂਕਿ ਇਹ ਜੋ ਜਾਨਵਰ ਹੈ ਇਹ ਹੈ ਜੰਗਲੀ ਜਾਨਵਰ ਠੀਕ ਹੈ ਬਈ ਹਾਂ ਇਹ ਬੰਨਿਆ ਪ੍ਰਾਣੀ ਦੇ ਉਸ ਚ ਸ਼੍ਰੇਣੀ ਚ ਆਉਂਦੇ ਆ ਜੇ ਆਪਾਂ ਇਹਨਾਂ ਨੂੰ ਘਰੇ ਰੱਖਦੇ ਆ ਆਪਣੀ ਸ਼ਿਕਾਇਤ ਹੁੰਦੀ ਹੈ ਤਾਂ ਵੀਰੇ ਆਪਣੇ ਤੇ ਜੁਰਮਾਨਾ ਕੈਦ ਦੋਨੇ ਚੀਜ਼ਾਂ ਹੋ ਸਕਦੀਆਂ ਅੱਛਾ ਬਈ ਆ ਵੀ ਰੇਡ ਮਾਰਿਆ ਹੋਇਆ ਆਪਣੇ ਸਰਕਾਰੀ ਡਿਪਾਰਟਮੈਂਟ ਨੇ ਅਫਸਰ ਨਾਲ ਗਏ ਸੀਗੇ ਬੰਨਿਆ ਜੀ ਵਾਲੇ ਇੱਕ ਟਰੱਕ ਵਾਲੇ ਤੋਂ ਛੜਾ ਕੇ ਲੈ ਕੇ ਆਂਦੀ ਅਸੀਂ ਟਰੱਕ ਵਾਲੇ ਨੇ ਰੱਖਿਆ ਹੋਇਆ ਸੀ ਹਾਂ ਇਹ ਟਰੱਕ ਵਾਲੇ ਨੇ ਰੱਖੀ ਹੋਈ ਸੀਗੀ ਉਹ ਟਰੱਕ ਵਾਲੇ ਨੇ ਯੂਪੀ ਚੋਂ ਖਰੀਦਿਆ ਸੀਗਾ ਬਈ ਇਹਨੂੰ 2000 ਦਾ ਬੱਚਾ ਖਰੀਦਿਆ ਸੀਗਾ ਇਹ ਟਰੱਕ ਵਾਲੇ ਤੋਂ ਰੇਡ ਮਾਰ ਕੇ ਲੈ ਕੇ ਆਏ ਹੁਣ ਇਹਨੂੰ ਵੀ ਆਜ਼ਾਦ ਕਰ ਦਾਂਗੇ ਇਹਦਾ ਨਾਂ ਕੀ ਰੱਖਿਆ ਬਈ ਇਹਦਾ ਸੋਨਾ ਰੱਖਿਆ ਹੈ ਸੋਨਾ ਆ ਸੋਨਾ ਆ ਜਾ जानवर शुरू तो जिदे कोले रहा होवे जिवें ओह अपने कोले शुरू तो रहा बिलकुल भाई बिलकुल ते जिवें आ खरगोश वगैरा बकरियां वगैरा भाई ए जी लोकां दे छड्डे होए आ खरगोश बकरा बैठा उधर चिट्टा बई ओह भी कसाई कोल लियांदा सी अच्छा बई हां ओह भी जमा कसाई कोलों असीं इत्थों ਨੇੜੇ ਆਪਣੇ ਮਹਾਰਾਣਾ ਪ੍ਰਤਾਪ ਚੌਕ ਉੱਥੋਂ ਖਰੀਦਿਆ ਬਾਈ ਠੀਕ ਹੈ ਬਾਈ ਤੇ ਜਿਵੇਂ ਆ ਖਰਗੋਸ਼ ਪਿਆ ਬਾਈ ਇਹ ਬਾਈ ਲੋਕਾਂ ਦੇ ਛੱਡੇ ਹੋਏ ਹੁਣ ਆ ਠੰਡੀ ਥਾਂ ਹੈ ਤਾਂ ਇਹ ਲੱਤਾਂ ਐ ਕਰਕੇ ਲੰਬਾ ਪਿਆ ਗਿਆ ਹਾਂ ਅੱਛਾ 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 ਉਂ ਜਮਾ ਠੀਕ ਹੈ ਓਕੇ ਹਾਂ ਉਂ ਜਮਾ ਓਕੇ ਬਾਈ ਇਹਨਾਂ ਨੂੰ ਕੁਛ ਨਹੀਂ ਹੋਇਆ ਹੁਣ ਲੁਧਿਆਣਾ ਤੋਂ ਆਏ ਸੀਗੇ ਆਹ ਹਫਤਾ ਕੀ ਹੋਇਆ ਚਾਰ ਖਰਗੋਸ਼ ਠੀਕ ਹੈ ਜਿਵੇਂ ਆਹ ਦੇਖੋ ਘਰਾਂ 'ਚ ਜਿਵੇਂ ਪੱਕੀਆਂ ਥਾਵਾਂ 'ਤੇ ਕੋਈ ਰੱਖ ਲੈਂਦੇ ਬਾਈ ਇਹੋ ਜਿਹੇ ਹਾਲਾਤ ਹੋ ਜਾਂਦੇ ਉਹਨਾਂ ਦੇ ਹੁਣ ਆਹ ਤਾਂ ਇੱਥੇ ਜਿਹੜਾ ਖੁੱਲੇ 'ਚ ਫਿਰਦਾ ਸੀ ਆਹ ਖਰਗੋਸ਼ ਹੈ ਆਹ ਖਰਗੋਸ਼ ਆਹ ਜਿਹੜਾ ਪੱਕੇ ਘਰਾਂ 'ਚ ਰੱਖਿਆ ਹੋਇਆ ਉਹ ਖਰਗੋਸ਼ ਹੈ ਇੰਨਾ ਫਰਕ ਹੋ ਜਾਂਦਾ ਬਈ ਇਸ ਜਾਨਵਰ ਦਾ ਸਹੀ ਗੱਲ ਹੈ ਬਾਈ ਹੁਣ ਆਹ ਦੇਖੋ ਆਹ ਚੀਜ਼ ਇਹਨਾਂ ਨੂੰ ਖਵਾਉਂਦੇ ਵੀ ਬਈ ਉਹ ਫਰੂਟ ਸੀਗੇ ਫਰੂਟ ਸਬਜ਼ੀਆਂ ਦੇਖ ਲਓ ਫਿਰ ਵੀ ਹਾਲ ਦੇਖੋ ਇਹਦਾ ਵੀ ਇਹ ਜਾਨਵਰ ਜਿਹੜੇ ਜਾਨਵਰ ਜਿਹੜੇ ਟੈਰੀਟਰੀ ਦੇ ਵਿੱਚ ਰਹਿ ਸਕਦੇ ਆ ਆਪਾਂ ਉਸ 'ਚ ਹੀ ਰੱਖਣਾ ਚਾਹੀਦਾ ਉਸ 'ਚ ਹੀ ਰੱਖਣਾ ਚਾਹੀਦਾ ਬਿਲਕੁਲ ਬਾਈ ਬਿਲਕੁਲ ਨਹੀਂ ਬਹੁਤ ਵਧੀਆ ਬਾਈ ਅਜੇ ਉੱਧਰਲੇ ਪਾਸੇ ਚੱਲੀਏ ਬਾਈ ਹਾਂਜੀ ਬਿਲਕੁਲ ਬਾਈ ਸਾਡਾ ਤਾਂ ਬਾਈ ਸਲੂਟ ਆ ਤੈਨੂੰ ਹਨਾ ਇਸੇ ਕਰਕੇ ਮੈਂ ਤਾਂ ਭਰਾਵਾ ਅਨੁਸਾਰ ਸੋਚਿਆ ਵੀ ਯਾਰ ਇਹੋ ਜਿਹੇ ਬੰਦੇ ਦੇ ਪੈਰੀ ਹੱਥ ਲਾਏ ਜਾਣ ਬਾਈ ਹਨਾ ਜਿਹੜੇ ਆਸੇ ਬਈ ਆਹ ਡੌਗ ਦੇਖੋ ਜੁਗਨੋ ਖੜਾ ਬੱਚੇ ਖੜਾ ਆਹ ਦੇਖੋ ਕਿੰਨੀ ਗੱਲ ਮੰਨਦਾ ਖੜਾ ਜਿਹੜਾ ਆ ਜਾ ਪਰ ਬਈ ਆਹ ਸਭ ਤੋਂ ਲੰਬੀ ਤੇ ਸਭ ਤੋਂ ਉੱਚੀ ਨਸਲ ਕੁੱਤਿਆਂ ਦੀ ਆਹ ਹੁੰਦੀ ਹੈ ਅੱਛਾ ਬਈ ਇਹ ਵੀਰੇ ਗ੍ਰੇਡਨ ਠੀਕ ਹੈ ਮੂੰਹ ਬਾਲਾ ਦਬਲਾ ਬਈ ਹਨਾ ਤੇ ਸਭ ਤੋਂ ਸ਼ਾਂਤ ਕੁੱਤਾ ਬਈ ਆਹ ਹੈ
अच्छा भाई जिन्ने थोनू देखणगे इथे हां मान लो एक मौके कोई आए कहदे ना खरगोश ने दंदी वड ली असि ओ भी बदलांगे भाई आ कुत्ते ने जे आखदे मैंने कूर भी दित्ता किसे नु आ नहीं बेददे असि अच्छा हां इस ते भाई सानू अन्ना विश्वास है इस कुत्ते ते ए जमा पुल है ऊ देख के छोटे बच्चे होणगे आके ते भाई गले चमड़ जाणगे देख ला अच्छा जे मान लो शाम नु हुण शहरां दे जिवें बच्चे आउंदे आ देखण जानवरां कोले ਤਾਂ ਬਈ ਇਹਦੇ ਨਾਲ ਸਾਰਿਆਂ ਦਾ ਮੋਹ ਪਿਆ ਹੋਇਆ ਜਿੰਨੇ ਵੀ ਲੋਕ ਆਉਂਦੇ ਐ ਇਹਨੂੰ ਸਾਰਿਆਂ ਨਾਲ ਵੱਧ ਮੋਹ ਕਰਦੇ ਨਹੀਂ ਨਹੀਂ ਬਿਲਕੁਲ ਆ ਜਾਨਵਰ ਨੂੰ ਬਿਲਕੁਲ ਆਖ ਉਹ ਬੱਚੀ ਬੈਠੀ ਆਪਣੀ ਉਹ ਬਈ ਜਮਾ ਨਿੱਕੀ ਜੀ ਰੱਖੀ ਹੋਈ ਸੀ ਉਹ ਬੱਚੀ ਬਈ ਹਾਂ ਰਾਧਾ ਅੱਛਾ ਨਾ ਰਾਧਾ ਰਾਧਾ ਸਿਗਾ ਬੋਲਦੀ ਹੈ ਹਨਾ ਰਾਧਾ ਕਹਿੰਦਾ ਹਾਂ ਉਹ ਰਾਧਾ 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 ਆ ਬਈ ਜਮਾ ਨਿੱਕੀ ਲਿਆਂਦੀ ਸੀਗੀ ਮੈਂ ਇਹ ਸੀਗੀ ਦੋ ਢਾਈ ਮਹੀਨਿਆਂ ਦੀ ਤੇ ਹੁਣ ਬਈ ਇਹ ਤਕਰੀਬਨ 2 ਸਾਲਾਂ ਦੀ ਹੋ ਗਈ ਠੀਕ ਹੈ ਨਹੀਂ ਨਹੀਂ ਬਹੁਤ ਇਹ ਕਿਹੜੀ ਨਸਲ ਸਾਹੀਵਾਲ ਆ ਬਈ ਹਨਾ ਇਹ ਸਾਹੀਵਾਲ ਕ੍ਰੋਸ ਹੀ ਬਈ ਇਹ ਕਿਸੇ ਡੈਰੀ ਵਾਲੇ ਕੋਲੇ ਸੀਗੀ ਤੇ ਉਹਨਾਂ ਨੇ ਜਿਵੇਂ ਛੱਡਣੀ ਸੀਗੀ ਇਹ ਉਹ ਕਹਿੰਦੇ ਵੀ ਸਾਡੀ ਗਾਂ ਤਾਂ ਬਈ ਚਾਟ ਤੇ ਦੁੱਧ ਦਿੰਦੀ ਏ ਵੀ ਸਾਨੂੰ ਉਹ ਹੈ ਨਹੀਂ ਤੇ ਅਸੀਂ ਇਹ ਛੱਡਣੀ ਹੈ ਵੀ ਜੇ ਤੂੰ ਪਾਲਣੀ ਹੈ ਤਾਂ ਲੈ ਜਾ ਮੈਨੂੰ ਬਈ ਸੋਹਣੀ ਲੱਗੀ ਇਹ ਨਿੱਕੀ ਮੈਨੂੰ ਲਿਆਇਆ ਮੈਂ ਸ਼ੁਰੂ ਤੋਂ ਰੱਖੀ ਹੋਈ ਹੈ ਬਈ ਇਹ ਨਹੀਂ ਨਹੀਂ ਬਿਲਕੁਲ ਮੇਰੇ ਕੋਲੇ ਰਹਿੰਦੀ ਹੈ ਬਹੁਤ ਸੋਹਣਾ ਕੰਮ ਆ ਬਈ ਤੇ ਆ ਡੌਗੀ ਦੀ ਗੱਲ ਕਰਦੇ ਸੀ ਜੀ ਦਿਸਦਾ ਨਹੀਂ ਇਹਨੂੰ ਹਨਾ ਅਕੀਤਾ ਨਸਲ ਹੈ ਇਹ ਐਸ ਦੇ ਉੱਤੇ ਬਈ ਹਾਲੀਵੁੱਡ ਦੀ ਮੂਵੀ ਵੀ ਬਣੀ ਹੋਈ ਐ ਇਸ ਨਸਲ ਹਾਂ 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 ਬਿਲਕੁਲ ਹਾਂ ਹਚੀਕੋ ਕਹਿੰਦੇ ਕੋਈ ਹਾਚੀ ਕਹਿੰਦੇ ਇਹ ਕਿੱਥੇ ਆਪਣੇ ਇਧਰ ਦੀ ਨਸਲ ਆ ਜਾਂ ਕਿੱਥੋਂ ਦੀ ਇਹ ਅਮਰੀਕਾ ਦੀ ਨਸਲ ਹੈ ਬਈ ਅੱਛਾ ਜੀ ਹਾਂ ਆ ਐਸੇ ਦੀ ਫੀਮੇਲ ਆ ਅੱਛਾ ਆ ਦੇਖੋ ਜੀ ਆ ਡੌਗ ਦੀਆਂ ਆਈਜ਼ ਤੁਹਾਨੂੰ ਖੜ ਜਾ ਬੇਟਾ ਖੜ ਜਾ ਆ ਦੇਖੋ ਇਹਦੀਆਂ ਆਈਜ਼ ਜਮਾ ਚਿੱਟੀਆਂ ਹੋ ਰਹੀਆਂ ਇਹ ਆਪਾਂ ਸਾਰੇ ਕਿਤੇ ਬਈ ਪਤਾ ਕਰ ਲਿਆ ਇਹਦਾ ਟ੍ਰੀਟਮੈਂਟ ਪੋਸੀਬਲ ਨਹੀਂ ਹੋ ਸਕਿਆ ਨਹੀਂ ਆਪਾਂ ਇਹਦੀਆਂ ਆਈਜ਼ ਵੀ ਚੇਂਜ ਕਰਵਾ ਦਿੰਦੇ ਠੀਕ ਹੈ ਜੇ ਕਿਧਰੋਂ ਲੈਂਸ ਲੌਂਸ ਇਹਦਾ ਚੇਂਜ ਹੁੰਦਾ ਆਪਾਂ ਉਹ ਵੀ ਕਰਵਾ ਦਿੰਦੇ ਨਹੀਂ ਠੀਕ ਹੈ ਬਈ ਬਿਲਕੁਲ ਵਾਹ ਜੀ ਵਾਹ ਤੇ ਇੱਕ ਬਾਈ ਤੁਹਾਡੇ ਕੋਲੇ ਜਿਹੜਾ ਜਟਾਊ ਹੈ ਨਾ ਹਾਂ ਤੇ ਉਹਦਾ ਕੀ ਸਿਸਟਮ ਆ ਵੀ ਉਹ ਵਧੀਆ ਜੀ ਲਾ ਰਿਹਾ ਉਹਨੇ ਹਾਂ ਵਧੀਆ ਜੀ ਲਾ ਲਿਆ ਬਈ ਹਜੇ ਵੀ ਜਮਾ ਖੁੱਲੇ ਬੈਠਾ ਹੈ ਪਰ ਐ ਆ ਵੀ ਹੁਣ ਮੜਾ ਫੱਟੜ ਹੋ ਰਿਹਾ ਤਾਂ ਕਰਕੇ ਅਸੀਂ ਉਹਨੂੰ ਜ਼ਿਆਦਾ ਹੁਣ ਸ਼ੋਅ ਨਹੀਂ ਕਰੀਏ ਬਸ ਟ੍ਰੀਟਮੈਂਟ ਹੀ ਚੱਲੀ ਜਾਂਦਾ ਉਹਦਾ ਠੀਕ ਹੈ ਠੀਕ ਤੇ ਬਾਕੀ ਤੁਸੀਂ ਵੀਡੀਓ 'ਚ ਦੇਖੋਗੇ ਉਹਦੀਆਂ ਜਿਹੜੀਆਂ ਕਲਿੱਪਾਂ ਪਈਆਂ ਪੁਰਾਣੀਆਂ ਆਪਣੇ ਕੋਲ ਉਹ ਆਪਾਂ ਐਡ ਕਰ ਦਾਂਗੇ ਹਾਂ ਉਸ ਤੋਂ ਲੋਕ ਵੇਖ ਲੈਣਗੇ ਵੀ ਉਹ ਜਮਾ ਆਜ਼ਾਦ ਹੈ ਕਈ ਵਾਰ ਲੋਕ ਐਂ ਕਹਿੰਦੇ ਬਈ ਆਪਦੇ ਵਿਊ ਦੇ ਚੱਕਰ 'ਚ ਤੁਸੀਂ ਇਹਨੂੰ ਬੰਨ ਰੱਖਿਆ ਤੁਸੀਂ ਇਹਨੂੰ ਪਿੰਜਰੇ 'ਚ ਕਰ ਰੱਖਿਆ ਵੀ ਜਿਹੜਾ ਜਾਨਵਰ ਖੁੱਲਾ ਉੱਡਦਾ ਵੀ ਉਹ ਕਿਤੇ ਵੀ ਜਾ ਸਕਦਾ ਵੀ ਸਾਨੂੰ ਛੱਡ ਕੇ ਵਗ ਜੇ ਤਾਂ ਵੀ ਕੋਈ ਚੱਕਰ ਬਿਲਕੁਲ ਬਈ ਇੱਕ ਨਾ ਬਈ ਜਸਪਾਲ ਹੁਣ ਆਪਾਂ ਗੱਲ ਕਰਦੇ ਆ ਹਨਾ ਜਿਵੇਂ ਕਿਉਂ ਇਹ ਜਿਹੜੇ ਕੰਮ ਨੇ ਬਈ ਲੋਕਾਂ ਦੇ ਸਹਿਯੋਗ ਨਾਲ ਹੀ ਚੱਲਦੇ ਆ ਹਨਾ ਵੀ ਤੁਹਾਨੂੰ ਕਿਸੇ ਭੈਣ ਭਰਾ ਨੇ ਸਹਿਯੋਗ ਕਰਨਾ ਹੋਵੇ ਉਹ ਇੱਥੇ ਆ ਕੇ ਕਰ ਸਕਦਾ ਜਾਂ ਵੀ ਜਿਵੇਂ ਤੁਹਾਡੇ ਨੰਬਰ ਦਿੱਤੇ ਹੋਏ ਆ ਵੀ ਇਹਨਾਂ ਦੇ ਵੀ ਕਰ ਸਕਦਾ ਬਈ ਹਾਂਜੀ ਸਾਨੂੰ ਜਿਹੜੀ ਪਹਿਲੀ ਮੰਗ ਹੁੰਦੀ ਹੈ ਬਈ ਪਹਿਲੀ ਮੰਗ ਹੁੰਦੀ ਹੈ ਖਾਣੇ ਦੀ ਤੇ ਦਵਾਈਆਂ ਦੀ ਠੀਕ ਹੈ ਆ ਦੋ ਮੰਗਾਂ ਪੂਰੀਆਂ ਹੋ ਜਾਣ ਹਾਂ ਉਸ ਤੋਂ ਬਾਅਦ ਹੀ ਜਿਹੜੇ ਪੈਸੇ ਵਾਲੇ ਖਰਚੇ ਹੁੰਦੇ ਆ ਉਹ ਜ਼ਰੂਰੀ ਆ ਕਿਉਂਕਿ ਹੁਣ ਜਿਵੇਂ ਆਪਾਂ ਪਿੱਛੇ ਲੇਬਰ ਲਾਈ ਹੈ ਸਫਾਈ ਹੋਈ ਜਾਂਦੀ ਹੈ ਉਹ ਵੀ ਬਿਲਕੁਲ ਹੈ ਪਿੱਛੇ ਵੱਧ ਰਿਹਾ ਵੀਰੇ ਇਹ ਸਾਰੇ ਕਿਉਂ ਆਇਆ ਬਈ ਕਈ ਵਾਰ ਆਪਣੇ ਕਿਸੇ ਭਰਾ ਨੇ ਸਪੋਰਟ ਕਰਨੀ ਹੁੰਦੀ ਆ ਹਨਾ ਤਾਂ ਆਪਾਂ ਦਿਖਾ ਦਈਏ ਵੀ ਵੀਰੋ ਇਧਰਲੇ ਪਾਸੇ ਬਾਈ ਹੋ ਰਹੇ ਨੇ ਨਾ ਜਿਹੜਾ ਜਾਲ ਹੈਗਾ ਉਹ ਪਾਉਣਾ ਹੈਗਾ ਤੇ ਆਹ ਜਾਲ ਤੁਹਾਨੂੰ ਮੈਂ ਦੱਸਦਾ ਚਿੜੀਆਂ ਵਾਸਤੇ ਬਈ ਬਾਈ ਸੌਂਕੀ ਸਰਦਾਰ ਦੀ ਵੀਡੀਓ ਦੇਖ ਕੇ ਕਿਸੇ ਭਰਾ ਨੇ ਅਮਰੀਕਾ ਤੋਂ ਭੇਜੇ ਸੀ ਬਾਈ ਨੂੰ ਪੈਸੇ ਤੇ ਬਾਈ ਹੋਰਾਂ ਨੇ ਬਾਈ ਆਹ ਜਾਲ ਪਾਇਆ ਹਨਾ ਬਾਈ ਹਾਂਜੀ ਆਹ ਜਾਲ ਪਾਇਆ ਆਹ ਜਿਹੜਾ ਮੈਂ ਹੁਣੇ ਤੁਹਾਨੂੰ ਕਬੂਤਰ ਦੱਸਿਆ ਆਹ ਆਇਆ ਬਾਈ ਉਹ ਸਵੇਰੇ ਠੀਕ ਆ ਬਾਈ ਆਹ ਉੱਡ ਨਹੀਂ ਸਕਦਾ ਇਹ ਜ਼ਿਆਦਾ ਗਰਮੀ ਗੁਰਮੀ ਬੇਸ ਉਦੋਂ ਕੇ ਡਿੱਗ ਪਏ ਬਾਈ ਬਾਜੀਆਂ ਵਾਲੇ ਜਿਹੜੇ ਕਬੂਤਰ ਹੁੰਦੇ ਉਹ ਹੁੰਦੇ ਲੋਕਾਂ ਦੇ ਉਹ ਤੋਤਾ ਬੈਠਾ ਉਧਰ ਲਾਲ ਮੋਢੇ ਵਾਲਾ ਜਿਨ੍ਹਾਂ ਨੂੰ ਆਪਾਂ ਮਿੱਠੂ ਤੋਤਾ ਕਹਿੰਦੇ ਇੱਕ ਉਹ ਬੈਠਾ ਬਾਈ ਉੱਤੇ ਇਹ ਉਹ ਹੈ ਜਿਹੜੇ ਸਰਕਾਰੀ ਡਿਪਾਰਟਮੈਂਟ ਵੱਜੋਂ ਵੀ ਰੇਡ ਮਾਰ ਕੇ ਲਿਆਂਦੇ ਹੁੰਦੇ ਆ ਜਾਂ ਜਿਹੜੇ ਲੋਕਾਂ ਦੇ ਘਰਾਂ 'ਚ ਪਾਲੇ ਹੁੰਦੇ ਉਹ ਜਾਨਵਰ ਇਹ ਇੱਥੇ ਆਏ ਹੋਏ ਬਿਲਕੁਲ ਬਾਈ ਬਿਲਕੁਲ ਤੇ ਹੁਣ ਬਾਈ ਜਿਹੜਾ ਤੁਸੀਂ ਉਹ ਪਾਉਣਾ ਆਪਾਂ ਕਹਿ ਦਈਏ ਵੀ ਜਾਲ ਪਾਉਣਾ ਹਨਾ ਉਹ ਕਿਹੜੀ ਜਗ੍ਹਾ ਤੇ ਕਿਸ ਸਕੀਮ ਆ ਬਾਈ ਹੁਣ ਵੀਰੇ ਆਹ ਸਾਰੇ ਦੀ ਬਾਉਂਡਰੀ ਨਿਕਲੂਗੀ ਇਹਦੀ 7-7 ਫੁੱਟ ਕੰਧ ਆਊਗੀ ਬਾਈ ਉੱਤੇ ਠੀਕ ਆ ਬਾਈ ਆਹ ਸਾਰੇ 'ਚ ਕੰਧ ਆਊਗੀ ਆਹ ਪਾਸੇ ਵਾਲੀ ਹਾਂ ਇੱਧਰ ਵੀ ਜਿੱਧਰ ਕੁੱਪ ਦੇਖਦੇ ਆ ਹਾਂਜੀ ਹਾਂਜੀ ਆਹ ਸਾਰਾ ਪਾਸਾ ਉਹ ਪਿਛਲਾ ਬਾਈ ਜਿੱਥੇ ਉਹ ਕੰਧ ਹੈਗੀ ਆ ਹਾਂਜੀ ਆਹ ਸਾਰੇ ਹੁਣ ਕਲੀਅਰ ਹੋ ਕੇ ਉਸ ਤੋਂ ਬਾਅਦ ਬਾਈ ਇੱਧਰ ਪਾਰਕ ਬਣ ਜਾਣਾ ਪਿੱਛੇ ਵਾਰਡ ਬਣ ਜਾਣੇ ਉਸ ਹਿਸਾਬ ਨਾਲ ਜਿਵੇਂ ਡਾਕਟਰ ਸਾਹਿਬ ਜਿਨ੍ਹਾਂ ਦੀ ਇਹ ਜਗ੍ਹਾ ਇਹ ਹੈਗੀ ਡਾਕਟਰ ਯੋਗੇਸ਼ ਸਾਂਗਵਾਨ ਆਪਣੇ ਸਾਂਗਵਾਨ ਚੌਂਕ ਹੈ ਜੀ ਸਰਸੇ ਤੇ ਇਹ ਉਹਨਾਂ ਦੀ ਜਗ੍ਹਾ ਉਹਨਾਂ ਨੇ ਆਪਣੇ ਤੋਂ ਬਾਈ 1 ਰੁਪਿਆ ਦਾਨ ਦਾਨ ਲਿਆ ਹੁਣ ਕੰਮ ਵੀ ਚੱਲੀ ਜਾਂਦਾ ਆ ਵੀ ਉਹਨਾਂ ਦੇ ਸਹਿਯੋਗ ਨਾਲ ਹੀ ਚੱਲੀ ਜਾਂਦਾ ਠੀਕ ਹੈ ਜੀ ਨਹੀਂ ਨਹੀਂ ਬਹੁਤ ਵਧੀਆ ਬਾਈ ਹਨਾ ਤੇ ਤੁਹਾਡੀ ਲੋਕੇਸ਼ਨ ਬੋਲ ਦਿਓ ਬਾਈ ਇੱਕ ਵਾਰੀ ਲੋਕੇਸ਼ਨ ਹੈ ਸਾਡੀ ਸਰਸਾ ਹਰਿਆਣਾ ਹੈ ਜੀ ਖਾਸ ਠੀਕ ਹੈ ਜੀ ਸਰਸਾ ਹਰਿਆਣਾ ਹਿਸਾਰ ਰੋਡ ਤੇ ਪੰਜਾਬ ਪੈਲਸ ਦੇ ਸਾਹਮਣੇ ਬਿਲਕੁਲ ਜੀ ਬਿਲਕੁਲ ਠੀਕ ਹੈ ਆਹ ਡੌਗ ਦੇਖੋ ਜੀ ਇਹਦੇ ਮਾਲਕ ਨੇ ਇਹਦੇ ਨਾਲ ਕੀ ਕੀਤਾ ਇਹਦੀਆਂ ਪਿਛਲੀਆਂ ਲੱਤਾਂ ਤੋੜ ਕੇ ਅੱਛਾ ਜੀ ਤੇ ਅਗਲੀ ਲੱਤ ਤੇ ਵੀ ਆ ਦੇਖੋ ਵੀਰੇ ਇਹਦੇ ਸੱਟ ਵੱਜੀ ਹੋਈ ਹੈ ਬਿਲਕੁਲ ਆਹ ਦੇਖੋ ਅਗਲੀ ਲੱਤ ਤੇ ਵੀ ਹੁਣ ਤਾਂ ਬਈ ਸੈੱਟ ਹੋ ਗਿਆ ਇਹ 15 ਦਿਨ ਹੋ ਗਏ ਸਾਡੇ ਕੋਲੇ ਆਏ ਅੱਛਾ ਬਈ ਤਾਂ ਸੈੱਟ ਰੱਖਿਆ ਸੀ ਇਹ ਓਹੋ ਕਿਹਦੀ ਨਸਲ ਆ ਬਈ ਇਹ ਬਈ ਰੋਟਵੇਲਰ ਹੈ
शांत डॉग है पर फिर भी एडी माड़ी की पिछलिया लत्तां तो तुर ही नहीं हुंदा इस तां सही गल है भाई आई नहीं पता भी ओदे घरे खराब होया कि ओ कुट के सिट के गए भी हां ओ रब जाने पर ऐ भी घरे पाले जानवर नु यार ऐ खेतां च जो भी वीर मदद करना चाहते हो जाए कोई आप कह दी जख्मी जानवर आगा जी इतना आना चाहते हो ना जे लगता भी जिंदगी टेंशन आ गई हरासमेंट आ गई तो मैं कहना भी एक बार बाई को जरूर आओ बिल्कुल बिल्कुल नहीं बई बई मैं लोगों ने यह कहना भी तुम इतने आओगे ना अपनिया टेंशन लेके आओ बिल्कुल दुख दर्द लेके आओ इतने आ गए तुम थोनों ए लगेगा भी बड़े नालों ज्यादा तंग भी ज्यादा तंग दुनिया फिर भी वो खुश है बई बिल्ली अपने को आनी है फिर भी खुश है इन पता है भी हाँ मेरी संभाल हो रही है संभाल हो रही है उल्लुआ के बच्चे बई कोबरे कोबरा का जोड़ा रेस्क्यू किया कोबरा के मुंह को उल्लू लेके आए बचा के दोने देख लो अजीब दोने हाँ इन पता है भी हाँ ये नहीं खाऊगी वह इनू नहीं खाऊगी हाँ, पंगे लेंगे हाँ, पंगे लेंगे सो ठीक है भाई है ओके जी धन्यवाद बहुत बहुत भीरे थोड़ा।